ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ 15 ਅਗਸਤ ਦਾ ਦਿਹਾੜਾ ਵੱਖ-ਵੱਖ ਸੰਸਥਾਵਾਂ ਜਥੇਬੰਦੀਆਂ ਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਮਨਾਇਆ ਜਾ ਰਿਹਾ ਪਰ ਕਿਸਾਨੀ ਅੰਦੋਲਨ ਨੂੰ ਚੱਲਦੇ 9 ਮਹੀਨੇ ਹੋ ਗਏ ਕਿ ਜਿਹੜੀ ਆਜ਼ਾਦੀ ਲਈ ਜਿਹੜੀ ਆਰਥਿਕਤਾ ਦੇ ਲਈ ਜਿਹੜੀ ਖੇਤੀ ਲਈ ਜਿਹੜੀ ਜਨ ਜਨ ਦੀ ਆਵਾਜ਼ ਲੈ ਕੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਅੱਜ ਦਾ ਆਜ਼ਾਦੀ ਦਾ ਦਿਹਾੜਾ ਉਹਨਾਂ ਲਈ ਕੀ ਮਹੱਤਵ ਰੱਖਦਾ ਹੈ ਸੰਤੋਖ ਜੀ ਸੰਯੁਕਤ ਮੋਰਚੇ ਵੱਲੋਂ ਪਤਾ ਲੱਗਾ ਕਿ ਕਾਲ ਦਿੱਤੀ ਕਿ ਤਹਿਸੀਲ ਪਦਰਾਂ ਤੇ ਮਾਰਚ ਕੱਡੇ ਜਾਣਗੇ ਕੀ ਤੁਹਾਡਾ ਉਹੀ ਪ੍ਰੋਗਰਾਮ ਆ ਕਿ ਜਾਂ ਅੱਜ ਦੇ ਜਿਆਦੀ ਦਿਹਾੜੀ ਤੇ ਤੁਸੀਂ ਕੀ ਪ੍ਰੋਗਰਾਮ ਬਣਾਇਆ ਨਹੀਂ ਅਸਲ ਦੇ ਵਿੱਚ ਅਸੀਂ ਜੋ ਕੁਝ ਕਰ ਰਹੇ ਆ ਮੈਂ ਵੈਸੇ ਜ਼ਿਲ੍ਹਾ ਸਖਤਰ ਜਮਹੂਰੀ ਕਿਸਾਨ ਸਭਾ ਪੰਜਾਬ ਜਿਹੜੀ ਸਾਡੀ ਜਥੇਬੰਦੀ ਆ ਉਹੀ ਫੈਸਲਾ ਲਾਗੂ ਕਰਦੀ ਆ ਜਿਹੜਾ ਦਿੱਲੀ ਦੀਆਂ ਸੰਯੁਕਤ ਮੋਰਚਾ ਸੱਦਾ ਦਿੰਦਾ ਤੇ ਜਾਂ ਪੰਜਾਬ ਦੀਆਂ ਜਿਹੜੀਆਂ 32 ਕਿਸਾਨਾਂ ਜਿੱਥੇ ਬੰਨੀਆਂ ਸਾਂਝਾ ਮੋਰਚਾ ਸੱਦਾ ਦਿੰਦਾ ਉਹੀ ਅਸੀਂ ਲਾਗੂ ਕਰਦੇ ਆ ਅਸੀਂ ਆਪਣਾ ਕੋਈ ਵੱਖਰਾ ਐਕਸ਼ਨ ਕੋਈ ਨਹੀਂ ਕਰਦੇ ਅੱਜ ਸੰਯੁਕਤ ਮੋਰਚੇ ਨੇ ਸਾਰੇ ਹੀ ਦੇਸ਼ ਦੇ ਅੰਦਰ ਇਹ ਸੱਦਾ ਦਿੱਤਾ ਵੀ ਜਿੱਥੇ ਹੁਕਮਰਾਨ ਲੋਕ ਜਿਹੜੇ ਪੂੰਜੀਵਾਦੀ ਪੱਖੀ ਲੋਕ ਆ ਉਹ ਆਪਣੇ ਢੰਗ ਨਾਲ ਆਜ਼ਾਦੀ ਦਿਹਾੜਾ ਮਨਾਉਂਦੇ ਆ ਪਰ ਸਾਡੀਆਂ ਜਿਹੜੀਆਂ ਦਿੱਲੀ ਕਿਸਾਨ ਮੋਰਚਾ ਲੱਗਾ ਆ ਉਹਨੇ ਸੱਦਾ ਦਿੱਤਾ ਵੀ ਅਸੀਂ ਸਾਰੇ ਹਿੰਦੁਸਤਾਨ ਚ ਚਾਹੇ ਕਿਤੇ ਟਰੈਕਟਰ ਮਾਰਚ ਕਰੀਏ ਚਾਹੇ ਸਕੂਟਰ ਮਾਰਚ ਕਰੀਏ ਬਹੁਤੀਆਂ ਸਟੇਟਾਂ ਇਦਾਂ ਦੀਆਂ ਗਰੀਬ ਸਟੇਟਾਂ ਆ ਉਨੇ ਸਾਈਕਲ ਮਾਰਚ ਤੱਕ ਵੀ ਕਰਨਾ ਸੀ ਦਿੱਲੀ ਮੋਰਚੇ ਨੂੰ ਹਲਾਰਾ ਦੇਣ ਲਈ ਤੇ ਲੋਕਾਂ ਨੂੰ ਉਥੇ ਸੱਦਾ ਦੇਣ ਲਈ ਵੀ ਆਓਇਆ ਕਰੀ ਆਪਾਂ ਫੇ ਉਥੇ ਹਲਾਰਾ ਮਾਰੀਏ ਤੇ ਇੱਕ ਅਸੀਂ ਇਹ ਦੱਸਾਂਗੇ ਵੀ ਕੱਲਾ ਆਜ਼ਾਦੀ ਮਨਾਉਣ ਦਾ ਹੱਕ ਹੁਕਮਰਾਨਾਂ ਨੂੰ ਨਹੀਂ ਜਿਹੜੇ ਕਿਸਾਨ ਆ ਮਜ਼ਦੂਰ ਆ ਮੁਲਾਜ਼ਮੀਆਂ ਲੜਦੇ ਆ ਉਹਨਾਂ ਨੂੰ ਵੀ ਉਹਨਾਂ ਹੀ ਹੱਕ ਆ ਤੇ ਅਸੀਂ ਆਪਣੇ ਅੱਜ ਆਜ਼ਾਦੀ ਦਾ ਦਿਹਾੜਾ ਅਸੀਂ ਆਪਣੇ ਢੰਗ ਨਾਲ ਮਨਾ ਰਹੇ ਆ ਇਹ ਕਿੱਥੇ ਪ੍ਰੋਗਰਾਮ ਤੁਸੀਂ ਲੀਕਿਆ ਜੀ ਅੱਜ ਦਾ ਅੱਜ ਦਾ ਰਮਾਨ ਅਸੀਂ ਅੱਜ ਇਸ ਤੋਂ ਸ਼ੁਰੂ ਜਿਹੜਾ ਅੱਜ ਸਾਡਾ ਤਸੀਲ ਫਲੋਰ ਵਾਲਿਆਂ ਦਾ ਜਮਹੂਰੀ ਕਿਸਾਨ ਸਭਾ ਵੱਲੋਂ ਲੀਕਿਆ ਵੀ ਅਸੀਂ ਬਿਲਗੇ ਤੋਂ ਤੁਰਾਂਗੇ ਬਿਲਗੇ ਪਿੰਡ ਦੇ ਵਿੱਚ ਮਾਰਚ ਕਰਾਂਗੇ ਇੱਥੋਂ ਚੁਰ ਕੇ ਫਰਵਾਲਾ ਫਰਵਾਲੇ ਤੋਂ ਪਾਸਲਾ ਫਿਰ ਦੁਆਬੇ ਦਾ ਬਹੁਤ ਵੱਡਾ ਨਗਰ ਹੈ ਜਿਹਨੂੰ ਮਾਨਿਆ ਕਲਵੰਦ ਸਿੰਘ ਸੰਧੂ ਸਾਡੇ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਵੀ ਆ ਤੇ ਸੰਯੁਕਤ ਮੋਰਚੇ ਦੇ ਅੰਦਰ ਮੁਖ ਬਲਾਰੇ ਵੀ ਆ ਉਹਨਾਂ ਦੇ ਪਿੰਡ ਜਾਵਾਂਗੇ ਉੱਥੇ ਅਸੀਂ ਮਾਰਚ ਕੱਢਾਂਗੇ ਫਿਰ ਅਸੀਂ ਗਰਾਈ ਸ਼ਹਿਰ ਕਵਰ ਕਰਾਂਗੇ ਉੱਥੇ ਮਾਰਚ ਕੱਟ ਕੇ ਫਿਰ ਅਸੀਂ ਫਲ ਤੁਸੀਂ ਦੇਖਦੇ ਆ ਕਿ ਜਿਸ ਤਰ੍ਹਾਂ ਆਜ਼ਾਦੀ ਦਿਹਾੜਾ ਵੱਖ-ਵੱਖ ਦੇਸ਼ ਦੇ ਵਿੱਚ ਮਨਾਇਆ ਜਾਂਦਾ ਪਰ ਸੰਯੁਕਤ ਮੋਰਚੇ ਦੇ ਅੱਜ ਦੇ ਐਲਾਨ ਨੇ ਇਸ ਕਾਲ ਨੇ ਸਾਰੇ ਦੇਸ਼ ਵਿੱਚ ਇੱਕ ਲਹਿਰ ਪੈਦਾ ਕੀਤੀ ਹੈ ਕਿ ਆਜ਼ਾਦੀ ਦਿਹਾੜਾ ਐਦਾਂ ਵੀ ਮਨਾਇਆ ਜਾਂਦਾ ਦੂਸਰੀ ਕਾਮਰੇਡ ਸਾਹਿਬ ਗੱਲ ਦੱਸੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀ ਦੇਸ਼ ਨੂੰ ਸੰਬੋਧਨ ਕੀਤਾ ਤਾਲਵਾਨ ਤੱਕ ਅਫਗਾਨਿਸਤਾਨ ਤੱਕ ਦਾ ਸਾਰਾ ਫਿਕਰ ਹੈ ਸਰਕਾਰਾਂ ਨੂੰ ਕੀ ਜਿਹੜੇ ਉਹਨਾਂ ਦੇ ਦਰਵਾਜ਼ੇ ਤੇ ਬੈਠੇ ਆ ਉਹਨਾਂ ਕਿਸਾਨਾਂ ਦਾ ਉਹਨਾਂ ਲੋਕਾਂ ਦੀ ਆਵਾਜ਼ ਨੌਵੇਂ ਨਿਵਚ ਨਹੀਂ ਸੁਣੀ ਉਹਨਾਂ ਨੂੰ ਦੇਖੋ ਜਿਹੜੀ ਇਹ ਮੋਦੀ ਸਰਕਾਰ ਆ ਖਾਸ ਤੌਰ ਤੇ ਉਦਾਂ ਦਾ ਜੇ ਪਿਛਲੀਆਂ ਵੀ ਸਰਕਾਰਾਂ ਜਿਹੜੀਆਂ ਬਣੀਆਂ ਉਹਨਾਂ ਨੇ ਵੀ ਕੋਈ ਲੋਕਾਂ ਲਈ ਬਹੁਤ ਨਹੀਂ ਕੀਤਾ ਲਾਲ ਕਿਲੇ ਤੋਂ ਭਾਸ਼ਣ ਕੋਈ ਨਵਾਂ ਨਹੀਂ ਹੁੰਦਾ ਲਗਭਗ ਉਹੀ ਬਦਲਮਾ ਰੂਪ ਰਟਿਆ ਰਟਾਇਆ ਭਾਸ਼ਣ ਹੁੰਦਾ ਪਰ ਅੱਜ ਜਿਹੜੀ ਮੋਦੀ ਸਰਕਾਰ ਆ ਇਹ ਗੱਲ ਨੂੰ ਅਸੀਂ ਬਿਲਕੁਲ ਕਹਿੰਦੇ ਆ ਵੀ ਕੋਈ ਚਿੰਤਾ ਉਹਨੂੰ ਕਿਸਾਨਾਂ ਦੀ ਨਹੀਂ ਕੋਈ ਚਿੰਤਾ ਉਹਨੂੰ ਮਜ਼ਦੂਰਾਂ ਦੀ ਨਹੀਂ ਕੋਈ ਚਿੰਤਾ ਉਹਨੂੰ ਦੇਸ਼ ਦੀ ਨਹੀਂ ਕੋਈ ਮਤਲਬ ਦੇਸ਼ ਦੀ ਆਰਥਿਕਤਾ ਡੋਬ ਰਹੀਆਂ ਨੂੰ ਕੋਈ ਚਿੰਤਾ ਨਹੀਂ ਉਹ ਸਿਰਫ ਵਿਖਾਵੇ ਕਰ ਰਿਹਾ ਵੀ ਤਾਲਵਾ ਨੇ ਉੱਥੇ ਆ ਕਰ ਦਿੱਤਾ ਜੀ ਸਾਡੇ ਇੱਥੇ ਮੈਂ ਕਹਿੰਦਾ ਵੀ 9 ਮਹੀਨੇ ਹੋ ਗਏ ਦੇਸ਼ ਦਾ ਕਿਸਾਨ ਬੈਠਾ ਅਸੀਂ ਕਹਿੰਦੇ ਵਾ 70% ਕਿਸਾਨਨੀ ਤੇ ਨਿਰਪਰਿਆ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਆ ਮਜ਼ਦੂਰ ਦੇਸ਼ ਦੀ ਰੀੜ ਦੀ ਹੱਡੀ ਆ ਉਹਦੀ ਨਹੀਂ ਸੁਣੀ ਜਾ ਰਹੀ ਜਿਹੜਾ ਆਪਣੇ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਧਾਰਨ ਲੋਕਾਂ ਦੀ ਨਹੀਂ ਸੁਣਦਾ ਉਹ ਬਗਾਨੇ ਮੁਲਕ ਦੇ ਜਾ ਕੇ ਉਹ ਕੀ ਬਗੜ ਲੂ ਸਾਰੇ ਡਰਾਮੇਬਾਜ਼ੀ ਕਰਦਾ ਕੋਈ ਇਹਦਾ ਅੱਜ ਦਾ ਜਿਹੜਾ ਭਾਸ਼ਣ ਹੈ ਉਹਦੇ ਵਿੱਚ ਵੀ ਬਹੁਤਾ ਉਹਦਾ ਕੁਝ ਨਵਾਂ ਨਹੀਂ ਔਰ ਅਸੀਂ ਸਮਝਦੇ ਹਾਂ ਵੀ ਇਹ ਆਮ ਲੋਕਾਂ ਨੂੰ ਜੋ ਮਰਜੀ ਪ੍ਰਧਾਨ ਮੰਤਰੀ ਬਖੰਡ ਕਰੀ ਜਾਵੇ ਇਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਲੋਕਾਂ ਨੇ ਕਹਿ ਸਕਦੇ ਗੁਲਾਮੀ ਹੰਡਾਈ ਚਾਹੇ ਉਹ ਅੰਗਰੇਜ਼ਾਂ ਦੀ ਹੀ ਤੇ ਚਾਹੇ ਜਾਂ ਜਿਹੜੇ ਸਾਡੇ ਵਾਲੇ ਵੋਟਾਂ ਰਹੀ ਆ ਗਏ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਚਾਹਣਾ ਚਾਹੁੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣਾ ਜਿਹੜਾ ਮਾਈਂਡ ਆ ਜਿਹੜਾ ਆਪਣਾ ਸਾਡਾ ਮਾਈਂਡ ਸੈਟਅਪ ਹੋਇਆ ਵੀ ਉਹ ਕਿਦਾਂ ਬਦਲਣਾ ਚਾਹੀਦਾ ਦੇਖੋ ਸਾਡਾ ਜਿਹੜਾ ਸੱਦਾ ਜੇਸ ਵਿਚਾਰਧਾਰਾ ਨਾਲ ਅਸੀਂ ਬੱਜਿਓ ਆ ਅਸੀਂ ਇਹ ਕਹਿੰਨੇ ਆ ਵੀ ਜਿਹੜਾ ਲਾਸਟ ਇਸ ਲੋਕਾਂ ਦਾ ਕਾਇਆ ਕਲਪ ਕਰਨੀਆਂ ਜਾਂ ਲੋਕਾਂ ਦਾ ਮਸਲਾ ਹੱਲ ਕਰਨਾ ਉਹ ਹੈਗਾ ਸਮਾਜਵਾਦ ਬਰਾਬਰਤਾ ਵਾਲਾ ਸਮਾਜ ਜਦੋਂ ਸਮਾਜ ਬਰਾਬਰ ਹੋ ਜਾਣਾ ਨਾ ਇਥੇ ਜਾਤ ਪਾਤ ਰਹਿਣੀਆਂ ਨਾ ਇਥੇ ਉਚਨੀਚ ਰਹਿਣੀਆਂ ਬਰਾਬਰਤਾ ਦੇ ਸਮਾਜ ਦੀ ਬਾਬੇ ਨਾਨਕ ਨੇ ਵੀ ਸੁਨੇਹਾ ਦਿੱਤਾ ਗੁਰੂ ਰਵਿਦਾਸ ਜੀ ਨੇ ਵੀ ਦਿੱਤਾ ਉਸ ਤੋਂ ਬਾਅਦ ਵੀ ਲੋਕ ਆਪਣੇ ਆਪਣੇ ਢੰਗ ਨਾਲ ਲੜਦੇ ਰਹੇ ਆ ਜੋ ਮਰਜ਼ੀ ਹੋ ਜਾਏ ਇਸ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਜੇ ਲੋਕਾਂ ਨੇ ਆਪਣੇ ਅੱਜ ਦੀ ਜ਼ਿੰਦਗੀ ਜੀਣੀ ਆ ਅੱਜ ਦੀ ਜ਼ਿੰਦਗੀ ਜੀਣੀ ਆ ਆ ਛੋਟੇ ਮੋਟੇ ਲੋਭਾਂ ਲਾਲਚਾਂ ਦੇ ਵਿੱਚੋਂ ਨਿਕਲ ਕੇ ਸਰਕਾਰ ਚਾਹੇ ਸਟੇਟਾਂ ਦੀਆਂ ਹੋਵੇ ਚਾਹੇ ਸੈਂਟਰ ਦੀਆਂ ਜਿੱਦਾਂ ਕਿਸਾਨ ਅੱਜ ਲੜ ਰਿਹਾ ਉਥੇ ਪਿੱਛੇ ਖੜੇ ਹੋ ਕੇ ਇਹ ਮੋਰਚਾ ਨੂੰ ਜਿੱਤੀਏ ਔਰ ਲੋਕਾਂ ਦਾ ਹੋਰ ਹੌਸਲਾ ਵਧੇ ਵੀ ਕੱਲ ਨੂੰ ਲੋਕ ਸਰਕਾਰਾਂ ਦੇ ਖਿਲਾਫ ਆਪਣੀਆਂ ਤਕਸ਼ਾਈਆਂ ਦੇ ਖਿਲਾਫ ਲੜਨ ਲਈ ਤਕੜੇ ਹੋ ਕੇ ਲੜਨ ਸਰਕਾਰਾਂ ਤੇ ਸਮੇਂ-ਸਮੇਂ ਤੇ ਐਲਾਨ ਕਰਦੀਆਂ ਤੁਹਾਨੂੰ ਅਸੀਂ ਆਟਾ ਦੇਵਾਂਗੇ ਦਾਲ ਦੇਵਾਂਗੇ ਤੁਹਾਨੂੰ ਬਿਜਲੀ ਫਰੀ ਦੇਵਾਂਗੇ ਤੇ ਦੇਣਾ ਕਿੱਥੋਂ ਇਹ ਹਜੇ ਤੱਕ ਅਕੀ ਕਿਸੇ ਨੇ ਨਹੀਂ ਦੱਸਿਆ ਵੀ ਕਿੱਥੋਂ ਪੈਸਾ ਆਊਗਾ ਤੁਸੀਂ ਸੋਚਦੇ ਆ ਕਿ ਇਹ ਜਿਹੜੀਆਂ ਛੋਟ-ਛੋਟੀਆਂ ਜਿਹੜੀਆਂ ਲੁਭਾਵਨੀਆਂ ਲੋਕਾਂ ਨੂੰ ਸਕੀਮਾਂ ਦਿੱਤੀਆਂ ਜਾਂਦੀਆਂ ਸਿਰਫ ਇਹ ਇੱਕ ਵੋਟ ਲੈਣ ਦਾ ਤਰੀਕਾ ਆ ਕਿ ਜਾਂ ਵਾਕਿਆ ਇਹਨਾਂ ਚੀਜ਼ਾਂ ਨਾਲ ਭਲਾ ਹੁੰਦਾ ਕਿਸੇ ਦੇ ਦੇਖੋ ਜੀ ਕੋਈ ਇਹਨਾਂ ਭਲਾ ਨਹੀਂ ਹੋਣਾ ਸਾਡੀ ਜਿਹੜੀ ਜ਼ਿੰਦਗੀ ਆ ਮਜ਼ਦੂਰ ਦੀ ਆ ਕਿਸਾਨ ਦੀ ਆ ਜਾਂ ਆਮ ਸ਼ਹਿਰੀਆਂ ਦੀ ਆ ਉਹ ਕੱਲੀ ਰੋਟੀ ਦਾਲ ਵਾਲੀ ਗੱਲ ਨਹੀਂ ਹੈਗੀ ਅਸੀਂ ਸਾਨੂੰ ਸਾਡੇ ਬੱਚਿਆਂ ਨੂੰ ਪੜ੍ਹਾਈ ਚਾਹੀਦੀ ਆ ਰਜਗਾਰ ਚਾਹੀਦਾ ਜੇ ਰਜਗਾਰ ਸਾਨੂੰ ਹੋਵੇ ਸਾਨੂੰ ਆਟੇ ਦਾ ਆਲੀ ਦੀ ਲੋੜ ਨੇ ਸਾਡੇ ਬੱਚਿਆਂ ਨੂੰ ਪਤਾ ਵੀ ਅਸੀਂ ਬਾਜ਼ਾਰ ਚੋਂ ਸਮਾਨ ਕਿਦਾਂ ਖਰੀਦਣਾ ਸਾਡੀਆਂ ਧੀਆਂ ਭੈਣਾਂ ਨੂੰ ਪਤਾ ਵੀ ਅਸੀਂ ਬਾਜ਼ਾਰ ਦੇ ਵਿੱਚੋਂ ਸੂਟ ਕਿਦਾਂ ਖਰੀਦਨੇ ਆ ਅਸਲ ਦੇ ਵਿੱਚ ਇਹਨਾਂ ਸਰਕਾਰਾਂ ਨੇ ਸਾਨੂੰ ਲਾ ਹੀ ਉੱਥੇ ਕ ਲਿਆ ਤੇ ਸਾਡੀ ਜਿਹੜੀ ਖਾਸ ਤੌਰ ਤੇ ਲਾਲ ਝੰਡੇ ਵਾਲਿਆਂ ਦੀ ਲੜਾਈ ਆ ਇਹ ਸਮਝਦੇ ਵੀ ਇਹ ਇਸ ਤੋਂ ਨਾ ਕਮਜ਼ੋਰ ਹੋ ਰਹੀ ਆ ਵੀ ਜਿਹੜਾ ਲੋਕਾਂ ਨੂੰ ਛੋਟ-ਛੋਟੀਆਂ ਗੱਲਾਂ ਦੇ ਤੁਹਾਨੂੰ 200 ਬਿਜਲੀ ਮਾਫ ਕਰ ਦੇਣੀ ਜੀ ਕਿਸਾਨਾਂ ਦੇ ਬਿੱਲ ਮਾਫ ਕਰ ਦੇਣੀ ਜੀ 2 ਰੁਪਏ ਕਿਲੋ ਆਟਾ 4 ਰੁਪਏ ਕਿਲੋ ਆਟਾ ਸੂ ਇਸ ਇਸ ਸਾਰੀ ਜਿਹੜੀ ਸਾਡੀ ਅਸਲ ਲੜਾਈ ਹੈ ਨਾ ਬਾਬੇ ਨਾਨਕ ਵਾਲੀ ਲੜਾਈ ਗੁਰੂ ਰਵਿਦਾਸ ਵਾਲੀ ਲੜਾਈ ਇਹ ਸਰਕਾਰਾਂ ਖੁੰਡੀਆਂ ਕਰ ਰਹੀਆਂ ਤੇ ਇਹ ਲੋਕ ਉਹਨਾਂ ਦੀ ਚਾਰਜ ਫਸੇ ਹੋਆ ਸੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਇਹ ਚਾਲ ਚੋ ਨਿਕਲੋ ਬਰਨਾ 70 ਸਾਲ ਹੋ ਗਏ ਇਨਾ ਚਿਰ ਕਿੰਨਾ ਚਿਰ ਫਸੇ ਰਹੋਗੇ ਬਸ ਸਾਡਾ ਤਾਂ ਇਸ ਨਾਮ ਇਹਨਾਂ ਜਿੰਨਾ ਜਿਹਨੇ ਚਾਲਾਂ ਨਹੀਂ ਸਮਝਦੋ ਕੋਈ ਮਸਲਾ ਹੱਲ ਨਹੀਂ ਕਾਮਰੇਡ ਜੀ ਤੁਸੀਂ ਕਹਿੰਦੇ ਆ ਕਿ ਸਾਡੀ ਬਾਬੇ ਨਾਨਕ ਵਾਲੀ ਵਿਚਾਰਧਾਰਾ ਦੀ ਲੜਾਈ ਆ ਗੁਰੂ ਅਰਦਾਸ ਮਹਾਰਾਜ ਦੇ ਵਿਚਾਰਾਂ ਦੀ ਲੜਾਈ ਆ ਪਰ ਭਾਜਪਾ ਦੀ ਇੱਕ ਨੀਤਾ ਹਰਜੀਤ ਸਿੰਘ ਗਰੇਵਾਲ ਉਹ ਕਹਿੰਦੇ ਆ ਵੀ ਇਹ ਮਸਲਾ ਹੀ ਕੋਈ ਨਹੀਂ ਹੈਗਾ ਕਿਸਾਨੀ ਦਾ ਨਾ ਬਿੱਲਾਂ ਦਾ ਨਾ ਅੰਦੋਲਨ ਦਾ ਵੀ ਕਾਮਰੇਡ ਜਿਹੜਾ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇਣਾ ਚਾਹੁੰਦੇ ਜੇ ਕਾਮਰੇਡ ਬਾਹਰ ਹੋ ਜਾਣ ਤੇ ਮਸਲਾ ਹੱਲ ਹੋ ਸਕਦਾ ਹੈ ਕਿ ਬਿਆਨ ਨੂੰ ਕਿੱਦਾਂ ਦੇ ਕੇ ਦੇ ਦੇਖੋ ਸਾਨੂੰ ਇਸ ਗੱਲ ਦਾ ਮੰਨਿਆ ਵੀ ਸਰਕਾਰ ਅੱਜ ਇਹ ਗੱਲ ਕਹਿ ਰਹੀ ਆ ਵੀ ਇਹ ਮਸਲਾ ਅੜੇ ਹੀ ਕਾਮਰੇਡਾਂ ਕਰਕੇ ਆ ਸਾਨੂੰ ਇਸ ਗੱਲ ਦਾ ਮੰਨਿਆ ਵੀ ਇਹ ਮਸਲੇ ਦੀ ਸਮਝ ਹੀ ਸਾਨੂੰ ਆ ਇੱਕ ਕਮਿਊਨਿਸਟਾਂ ਨੇ ਮੂਰੇ ਹੋ ਕੇ ਕਿਉਂਕਿ ਕਾਵੜੇ ਦਾ 92 ਤੋਂ 1992 ਤੋਂ ਲਗਾਤਾਰ ਆ ਕਹਿ ਰਿਹਾ ਵੀ ਤੁਹਾਡੀਆਂ ਨੌਕਰੀਆਂ ਜਾਣੀਆਂ ਤੁਹਾਡੀਆਂ ਜ਼ਮੀਨਾਂ ਵੀ ਜਾਣੀਆਂ ਅੱਜ ਉਹ ਗੱਲ 32 33 ਸਾਲ ਬਾਅਦ ਸਿੱਧ ਹੋ ਗਈ ਜੇ ਉਹ ਕਹਿੰਦੇ ਆ ਵੀ ਕਾਵੜੇ ਨਹੀਂ ਮਸਲਾ ਹੱਲ ਹੁੰਦੇ ਮੈਂ ਇੱਥੇ ਕਾਵੜਾਨੀ ਗੱਲ ਕਰਦਾ ਮੈਂ ਲਾਲ ਚੰਡੇ ਵਾਲਿਆਂ ਉਹਨਾਂ तरह ਦੀ ਗੱਲ ਕਰਦਾ ਜਿਨ੍ਹਾਂ ਨੂੰ ਸਮਝ ਆ ਔਰ ਇਹ ਗੱਲ ਉਹ ਕਹਿੰਦੇ ਵੀ ਦੂਜੇ ਦਾ ਹੀ ਕਾਦੇ ਤੌਰ ਦੇਣੇ ਹੀ ਚਾਹੇ ਡਰਾ ਕੇ ਤੌਰ ਦਿੰਦੇ ਚਾਹੇ ਲੜਾ ਕੇ ਤੌਰ ਦਿੰਦੇ ਤੇ ਸਾਨੂੰ ਤਾਂ ਇਸ ਗੱਲ ਦਾ ਮਾਣਿਆ ਭਾਈ ਅਸੀਂ ਮੋਰਚੇ ਨੂੰ ਕੈਮ ਰੱਖਿਆ ਲਾਲ ਚੰਡੇ ਵਾਲਿਆਂ ਸਰਦਾ ਸੰਤੋਖ ਸਿੰਘ ਬਿਲਗਾ ਦਾ ਕਹਿਣਾ ਆ ਕਿ ਜਿਸ ਤਰ੍ਹਾਂ ਕਾਮਰੇਡ ਧਿਰਾਂ ਨੇ ਜਾਂ ਖੱਬੇ ਪੱਖੀਆਂ ਧਿਰਾਂ ਨੇ ਹੁਣ ਤੱਕ ਅੰਦੋਲਨ ਨੂੰ ਸਾਂਭ ਕੇ ਰੱਖਿਆ ਬੰਨ ਕੇ ਰੱਖਿਆ ਇਹ ਹੀ ਕਾਰਨ ਆ ਕਿ ਸਰਕਾਰ ਹਜੇ ਤੱਕ ਇਸ ਅੰਦੋਲਨ ਨੂੰ ਹਲਾ ਨਹੀਂ ਸਕੀ ਕਿਉਂਕਿ ਜਿੰਨੀਆਂ ਕਾਰਵਾਈਆਂ ਜਿੰਨੀਆਂ ਉਸ ਵੇ ਸ਼ਿਲਿੰਦਰ ਅੰਦੋਲਨ ਨੂੰ ਵਿਖੇੜਨ ਲਈ ਰਚੇ ਗਏ ਆ ਉਹ ਹਜੇ ਤੱਕ ਕਾਮਯਾਬ ਨਹੀਂ ਹੋਏ ਕਿ ਕਾਮਿਨਿਸਟ ਲਹਿਰਾਂ ਦੇ ਵਿੱਚ ਕਾਮਿਨਿਸਟ ਖੱਬੇ ਪੱਖੀਆਂ ਦੇ ਵਿੱਚ ਬਹੁਤ ਪੜ੍ਹੇ ਲਿਖੇ ਲੀਡਰ ਹਨ ਤੇ ਬਹੁਤ ਪੜ੍ਹੇ ਲਿਖੇ ਬੁੱਧੀਜੀਵੀ ਹਨ ਤਾਂ ਹੀ ਅੰਦੋਲਨ ਇਸ ਵੇਲੇ 9 ਮਹੀਨੇ ਦਾ ਸਮਾਂ ਪੂਰਾ ਕਰਨ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਇਹ ਕਿਸਾਨੀ ਅੰਦੋਲਨ ਜਿਹੜਾ ਜਨ ਅੰਦੋਲਨ ਬਣ ਗਿਆ ਉਹ ਕੀ ਰੂਪਰੇਖਾ ਲੈਂਦਾ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ ਜਾਰੀ ਰਹੇਗੀ